के भाजी हूँ जी आदमदारी लगी साड़ी तो हो गई पूरी लकड़ी नहीं शेयर कर सकते ना आज ऐसी वीडियो बनानी है जानी को भी कर देता है बाकी कोई नहीं अल्लाह पाक का हां जी अल्लाह पाक कबूल करे समाज का एक नाम जड़ा है बहुत ही प्यारा सीगा तो बहुत ही सुंदर नाम होगा अच्छा गुजर रहेगा भैन भरा सारे इकट्ठे हुए थे मेरा अभी चल गया कुछ इतना ही है जो हाँ जी बस इस तरह ही है फिर जब शाम हो रही है तो उसको जा रही है तो सख्ती हो रही है इस तरह ही परदे फसलां दे तो नवा छड़ दे बंदे चंगियां नस ਉਹ ਤੋੜਨ ਬਾਅਦ ਛੱਡ ਦੇਣ ਬੰਦੇ ਚੰਗੀਆਂ ਨਸਲਾਂ ਬਿਲਕੁਲ ਇਸੇ ਤਰ੍ਹਾਂ ਹੀ ਬਹੁਤ ਅੱਛੀ ਗੱਲ ਕਰਦੇ ਹਾਂ ਜੀ ਅੱਲਾਹ ਖੈਰ ਪਰਦੇ ਰਹਿ ਗਏ ਪਰਦੇ ਵੀ ਸਾਡੇ ਹੋ ਜਾਣਗੇ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਤੋੜਨ ਬਾਅਦ ਰਹਿ ਗਏ ਤਾਂ ਅੱਲਾਹ ਬਾਤ ਸਾਹਿਬ ਜੀ ਜੀ ਤਾਂ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਦੇ ਚੜਨ ਬਹੁਤ ਸਪੋਰਟ ਕੀਤੀ ਮੈਂ ਹਾਂ ਜੀ ਹਾਂ ਜੀ ਸਭ ਨੂੰ ਦੇਵੇ ਔਰ ਜਿੰਨਾ ਕੋਲ ਨਹੀਂ ਹੈਗੇ ਅੱਲਾਹ ਪਾਕ ਉਹਨਾਂ ਨੂੰ ਵੀ ਘਰ ਦੇਵੇ ਬਸ ਦੁਆ ਕਰਨੀ ਚਾਹੀਦੀ ਹੈ ਭਾਜੀ ਜੀ ਬਿਲਕੁਲ ਅਲਹਮਦੁਲਿਲਾ ਸ਼ੁਕਰ ਦੀ ਜ਼ਾਤ ਦਾ ਅਲਹਮਦੁਲਿਲਾ ਤੇ ਰੱਬ ਦਿੰਦਿਆਂ ਦਿੰਦਾ ਰੱਬ ਦਿੰਦਿਆਂ ਦਿੰਦਾ ਤੇ ਚੁੱਕੇ ਨੂੰ ਹਮੇਸ਼ਾ ਫਾਲ ਆ ਕਦੀ ਸਫੈਦੇ ਨੂੰ ਫਾਲ ਲੱਗਿਆ ਰਹਿ ਗਿਆ ਜਦੋਂ ਹਨੇਰੀ ਆਉਂਦੀ ਤੇ ਅੱਧ ਚ ਜਾਂਦਾ ਫਿਰ ਹਾਂਜੀ ਤੇ ਕੜਾਕੇ ਸੁਣਦੇ ਆ ਪੌਂਜਾ ਕਮੰਜਾ ਹਾਂਜੀ ਗੱਲ ਹੈਗੀ ਸੱਚੀ ਝੁੱਕੇ ਨੂੰ ਹਮੇਸ਼ਾ ਫਾਲਾ ਚੁੱਕੇ ਰਹਿਣਾ ਚਾਹੀਦਾ ਉਹ ਧਰਤੀ ਤੇ ਚੁੱਕੇ ਤੁਰਨਾ ਚਾਹੀਦਾ ਪੈਰ ਥੋੜ੍ਹਾ ਜਿਹਾ ਆਦਰੇ ਰੱਖਣਾ ਚਾਹੀਦਾ ਥਲ ਥਲ ਨਹੀਂ ਮਾਰਨੇ ਚਾਹੀਦੇ ਪੈਰ ਕਿਉਂਕਿ ਧਰਤੀ ਨੇ ਵੀ ਹਿਸਾਬ ਲੈਣਾ ਉਹਨੇ ਪੁੱਛਣਾ ਜਦੋਂ ਤੁਸੀਂ ਕਹਿਣਾ ਦੇ ਵਿੱਚ ਤੇ ਪੁੱਛਣਾ ਵੀ ਬੜਾ ਆਕੜ ਕੇ ਤੁਰਤਾ ਸੀ ਮੇਰੇ ਉੱਤੇ ਹੁਣ ਸੁਣਾ ਹੁਣ ਮੇਰੇ ਥੱਲੇ ਆ ਗਿਆ ਕਿ ਨਹੀਂ ਆਇਆ ਸਿਆਣੇ ਕਹਿੰਦੇ ਵੀ ਅੱਲਾਹ ਪਾਕ ਜਿਹਦਿਆਂ ਦਿੰਦਾ ਤੇ ਜਿਹਦਾ ਖਾਈਏ ਉਹਦਾ ਖਾਈਏ ਬਿਲਕੁਲ ਜੀ ਇਸੇ ਤਰ੍ਹਾਂ ਹੀ ਭਾਈ ਘਰ ਜਿਹੜਾ ਅਸੀਂ ਕੰਮ ਸਟਾਰਟ ਕਰਨਾ ਲੇਕਿਨ ਸਿਰਫ ਇੱਧਰਲਾ ਕਰਕ ਜਿਹੜਾ ਅੱਜ ਨਹੀਂ ਲਾਇਆ ਮਿਸਤਰੀ ਖਾਵੇ ਸਾਡੇ ਮਿਸਤਰੀ ਲੱਗਾ ਰਿਹਾ ਪੁੱਛ ਲਓ ਅਸੀਂ ਮਿਸਤਰੀ ਕਦੇ ਪੁੱਛਿਆ ਨੀ ਕੀ ਕਰਨਾ ਕੀ ਨਹੀਂ ਵੈਸੇ ਵੀ ਅਸੀਂ ਨਹੀਂ ਪੁੱਛਿਆ ਤੂੰ ਕੀ ਕਰਦਾ ਕੀ ਕਰਨਾ ਕਿਵੇਂ ਕਰਨਾ ਕਿਉਂ ਕੀਤਾ ਕਿੱਦਾਂ ਕਰਨਾ ਆਪਣੀ ਮਨ ਮਰਜ਼ੀ ਕਰੇ ਆਪਣੀ ਮਨ ਮਰਜ਼ੀ ਕੰਮ ਵੀ ਚੰਗਾ ਕੀਤਾ ਬਹੁਤ ਸੋਹਣਾ ਕੀਤਾ ਨਹੀਂ ਕਈ ਮਾਲਕਾਂ ਨੂੰ ਛੋਟ ਛੋਟ ਕਰਦੀ ਆਦਤ ਵੀ ਹੁੰਦੀ ਤੇ ਉਹ ਭਾਜੀ ਉਹਨਾਂ ਦਾ ਕੰਮ ਵੀ ਸਹੀ ਨਹੀਂ ਕਰਦੇ ਕੰਮ ਵੀ ਪਿਛਲੇ ਸਹੀ ਉਹ ਕਹਿੰਦੇ ਵੀ ਬੋਲੀ ਉਹਨਾਂ ਦਾ ਕੰਮ ਮਗਰੋਂ ਲਾ ਲਿਆ ਤੇ ਅਲਹਮਦੁਲਿਲਾ ਬਈ ਸਾਨੂੰ ਪਿੱਛੇ ਬਹੁਤ ਸਪੋਰਟ ਸੀ ਤੇ ਭੈਣ ਭਰਾਵਾਂ ਦੀ ਬੜੀ ਸਪੋਰਟ ਸੀ ਅਲਹਮਦੁਲਿਲਾ ਤੇ ਅਸੀਂ ਆਪ ਹੀ ਮਿਸਤਰੀ ਨੂੰ ਕਿਸੇ ਸ਼ਾਇਦ ਥੋੜ੍ਹਾ ਨਹੀਂ ਦਿੱਤਾ ਹਾਂਜੀ ਹਾਂਜੀ ਬਿਲਕੁਲ ਦੇਖੋ ਨਾ ਇੱਕ ਬੰਦਾ ਆਪ ਕੰਮ ਕਰੀਏ ਮੈਨੂੰ ਕਹਿਣ ਦੀ ਲੋੜ ਨਹੀਂ ਨਾ ਫਿਰ ਜੇ ਕਰਦਾ ਫਿਰ ਜਾਣ ਕੇ ਉਹਨੂੰ ਚਟਈ ਜਾਣਾ ਤੇ ਫਿਰ ਉਹ ਇਦਾਂ ਕਰਨਾ ਇਦਾਂ ਕਰਨਾ ਫਿਰ ਉਹਨੂੰ ਗੁੱਸਾ ਦੇ ਜਾਂਦਾ ਹੀ ਆ ਬਾਕੀ ਨਹੀਂ ਮਾਸ਼ਾਅੱਲਾ ਉਹਨੇ ਕੰਮ ਸੋਹਣਾ ਕੀਤਾ ਹੈਗਾ
ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਨਜ਼ਰ ਆਉਂਦਾ ਫਿਰ ਇੱਕ ਤਾਂ ਹੁੰਦਾ ਨਾ ਨਾ ਕੋਈ ਨਜ਼ਰ ਨਹੀਂ ਆ ਰਿਹਾ, ਸਾਰਾ ਕੀਤਾ ਕੰਮ ਨਜ਼ਰ ਆ ਰਿਹਾ। ਮਾਸ਼ਾਅੱਲਾ ਨੇ ਕੰਮ ਦਿਲ ਲਾ ਕੇ ਕੀਤਾ, ਸੋਹਣਾ ਕੰਮ ਕੀਤਾ ਹੈਗਾ। ਹਾਂਜੀ, ਬਾਕੀ ਦਿਹਾੜੀ ਤੈਨੂੰ ਪਤਾ ਮਿਸਤਰੀ ਦਾ ਤਾਂ ਕਈ ਹੈ, ਦਿਹਾੜੀ ਦਾ ਕਰਾਉਣਾ, ਲੇਕਿਨ ਚਲੋ ਆਪਣੇ ਦਾ ਇਹ ਫਾਇਦਾ ਚਲੋ ਕੰਮ ਤਾਂ ਸਾਫ਼ ਸੁਥਰਾ ਕਰ ਗਏ। ਉਹਨੂੰ ਇਹ ਪਤਾ ਮੈਂ ਮੁੜ ਕੇ ਵੀ ਇੱਥੇ ਆਉਣਾ, ਬਾਹਰਲੇ ਮਿਸਤਰੀ ਲਾਉਂਦੇ ਤੇ ਉਹਨੇ ਕਹਿਣਾ ਬਾਬਾ ਜੀ ਇੱਕ ਦਫ਼ਾ ਮਕਾਓ ਤੇ ਅੱਲਾ ਰਿਸਪੋਂਸ ਕਿੱਥੇ ਲੱਗਣਾ। ਲੇਕਿਨ ਆਪਣੇ ਦਾ ਇਹ ਫਾਇਦਾ, ਉਹ ਉਹਨਾਂ ਚ ਦਿਲ ਚ ਇਹ ਡਰ ਹੁੰਦਾ ਮੁੜ ਕੇ ਵੀ ਮੈਂ ਜਾਣਾ ਉੱਥੇ, ਕੰਮ ਗਲਤ ਨਾ ਵੀ ਹੋਵੇ। ਚਲੋ ਕੋਈ ਨੀ, ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਕੰਮ ਜਿਹੜਾ ਹੈਗਾ ਸੋਹਣਾ ਹੋ ਗਿਆ, ਕੋਈ ਨੀ, ਅੱਲਾ ਪਾ ਦੇ ਰੰਗ ਭਾਈ ਸਾਰੇ ਜਿਹੜੇ ਦਾਰੋ ਨਿਜ਼ਾਮ ਚੱਲਦੇ ਰਹਿਣੇ। ਉਸ ਬੰਦੇ ਨੂੰ ਕੋਈ ਟੈਨਸ਼ਨ ਨੀ, ਕਹਿੰਦਾ ਉਹ ਵੀ ਕੋਈ ਬੰਦਾ ਜਿਹਦੇ ਲੱਗਦੇ ਚਾਰ ਨਾ ਹੋ, ਉਹ ਵੀ ਕੋਈ ਬੰਦਾ ਨੀ ਜਿਹਦੇ ਲੱਗਦੇ ਚਾਰ ਨਾ ਹੋ। ਹਾਂਜੀ, ਤੇ ਦਿਲ ਦਰਿਆ ਸਮੁੰਦਰੋਂ ਡੂੰਘੇ ਤੇ ਗਾਉਣ ਦੀ ਲਾਂਦੀਆਂ ਜਾਣੇ ਹੋ, ਵਿੱਚੇ ਹੀ ਵਿਹੜੇ ਵਿੱਚੇ ਹੀ ਛੇੜੇ ਵਿੱਚੇ ਵੱਜ ਮਹਾਣੇ। ਥੱਕ ਬਾਹੂ ਬੇਸ਼ੱਕ ਬਾਹੂ ਇੱਕ ਨਜ਼ਰ ਕਰਮ ਦੀ ਤੱਕ ਬਾਹੂ, ਇਹਨੇ ਤੱਕਿਆ ਇਨਸ਼ਾਅੱਲਾ ਤਾਲਾ ਤੇ ਬੇੜੇ ਪਾਰ ਰਹਿਮਤ ਦੇ ਸਾਏ ਕਰਤੇ ਅੱਲਾ ਪਾਕ ਨੇ। ਤੇ ਦੁਆ ਕਰੋ ਫਲਸਤੀਨ ਵਾਲਿਆਂ ਵਾਸਤੇ ਵੀ ਕਿ ਅੱਲਾ ਪਾਕ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਦੇ ਵਿੱਚ ਅੱਲਾ ਪਾਕ ਉਹਨਾਂ ਦੀ ਮੁਸ਼ਕਲ ਆਸਾਨ ਕਰੇ। ਅੱਲਾ ਪਾਕ ਉਹਨਾਂ ਨੂੰ ਯਾਨੀ ਕਿ ਜਿਹੜੇ ਜਿਹੜੇ ਦੁਸ਼ਮਣ ਹੁੰਦੇ ਸਿਰ ਤੇ ਚੜੇ ਆ ਤੇ ਭੱਜਦੀ ਨੂੰ ਕਹਿੰਦੇ ਫਸੀ ਨੂੰ ਫੜਕਣ ਕੋਈ ਨੀ, ਉਹ ਹੁਣ ਇੱਕ ਕਿਸਮ ਦੇ ਫਸੇ ਪਏ। ਆਟਾ ਵਿੱਚ ਕਨਾਲੀ ਪੁੜਕੇ ਤੇ ਬੋਲੇ ਕੰਗ ਬਨੇਰੇ, ਅੱਜ ਜੇ ਆਵੇ ਵੀਰਾ ਮੇਰਾ ਤੇ ਜਾਵਾਂ ਕਾਵਾ ਸਦਕੇ ਤੇਰੇ ਤੇਰੇ ਆ ਗਏ, ਹਜੇ ਇੱਕ ਰਹਿ ਗਿਆ ਉਹ ਨਹੀਂ ਆਇਆ, ਪੈਗਾਮ ਤੇ ਭੇਜਿਆ ਸੀ ਬਾਰਾਂ ਲੋਕੀ ਮਰਜ਼ੀ ਟਾਈਮ ਤੇ ਫਿਰ ਲੱਗ ਜਾਂਦਾ ਕੋਈ ਗੱਲ। ਚਲੋ ਕੋਈ ਅੱਲਾ ਚੰਗੀ, ਬਾਕੀ ਜੀ ਅੱਲਾ ਖੈਰ ਕਰੇ ਤੇ ਭਾਜੀ ਨੂੰ ਆ ਕੇ ਆ ਵੀ ਪੁੱਛ ਲਈਏ, ਯਾਨੀ ਕਿਉਂਕਿ ਅਸੀਂ ਵੀ ਕੰਮ ਦੇ ਵਿੱਚ ਬੀਜ਼ੀ ਸੀਗੇ, ਲੇਕਿਨ ਜਿਹੜਾ ਹੈ ਘੱਟ ਹੀ ਜਾਣਾ ਹੋਇਆ ਸੀ। ਉਹ ਵੀ ਬਣ ਗਿਆ ਤੇ ਮਸ਼ਾਅੱਲਾ ਖੁਦ ਵੀ ਆ ਵੀ ਲੱਗ ਗਏ, ਜਗ੍ਹਾ ਜੋ ਕੋਈ ਨੀ ਹੁਣ ਜਗ੍ਹਾ ਬਣ ਗਈ ਖੁਸ਼ ਰੱਖੀ ਅੱਲਾ ਪਾਕ, ਸਵਾਦ ਰੱਖੇ ਮਦੀਨੇ ਵਾਲੇ ਦੀ ਦਰ ਸੁਣਾਵੇ ਦਰ ਆਪੀ ਔਰ ਬੜੀ ਬਿਲਕੁਲ।
ਲੈਨੇ ਭੈਣ ਭਰਾਵਾਂ ਕੋ ਜਾਂਦੇ ਸਾਡੀ ਆਈਡੀ ਵੀ ਨਹੀਂ ਸਾਡੇ ਭੈਣ ਭਰਾਵਾਂ ਅੱਛੀ ਲੱਗੇ ਸ਼ੇਅਰ ਕਰੀਓ ਲਾਈਕ ਕਰੀਓ ਔਰ ਕਮੈਂਟ ਦੇ ਵਿੱਚ ਸਾਨੂੰ ਲਾ ਦਿਓ ਸਾਡੇ ਭੈਣ ਭਰਾਵਾਂ ਸਾਡੀ ਆਈਡੀ ਵੀਡੀਓ ਕਿਸੇ ਲੱਗੀ ਤੋਂ ਰੱਖਿਓ ਸਾਨੂੰ ਦੁਆਵਾਂ ਯਾਰ ਸਾਡੇ ਦੁਆਵਾਂ ਸਾਡੇ ਭੈਣ ਭਰਾਵਾਂ ਮਿਲਾਂਗੇ ਨੈਕਸਟ ਵੀਡੀਓ 'ਚ ਓਕੇ ਜੀ ਅੱਲਾ ਹਾਫਿਜ਼ ਅੱਲਾ ਹਾਫਿਜ਼ ਰੱਖਾ ਜੀ ਦਾ